ਸਾਰੇ ਆ ਸਾਰੇ ਮੇਰੇ ਬਜ਼ੁਰਗ ਬੈਠੇ ਨੇ ਜਿਹਨੇ ਇੰਜ ਇੰਜ ਕੀਤਾ ਹੋਈ ਜਾਂਦੀ ਹੈ। ਫਿਰ ਬੋਲੋ ਮੇਰੇ ਨਾਲ, ਇਹ ਚਾਚਿਆਂ ਕੋਲੋਂ ਪੁੱਛ ਲਾ, ਚਾਚੂ ਜੀ ਚੋਰੀ ਦਾ ਮਾਲ ਘਰ ਹੋਵੇ ਸਵੇਰੇ ਕੁਰਬਾਨੀ ਦੇਣੀ ਹੋਵੇ, ਚਾਚੂ ਮਸ਼ੂਕ ਅੱਲਾ ਕਬੂਲ ਕਰ ਲੈਂਦਾ? ਅੱਲਾ ਚੌਖੇ ਮੂੰਹ ਤੇ ਮਾਰਦਾ, ਉਹ ਚੋਰੀ ਵਾਲੀਆਂ ਮੇਰੇ ਜੋਗੀਆਂ। ਇਹਦੀ ਗੱਲ ਅੱਲਾ ਚੁੱਕ ਮੂੰਹ ਤੇ ਮਾਰਦਾ, ਚੋਰੀ ਵਾਲੀਆਂ ਮੇਰੇ ਜੋਗੀਆਂ। ਚੱਲ ਕੁਰਾਨ ਦੀ ਕਸਮ, ਜੇ ਤੇਰਾ ਮਿਜ਼ਾਜ ਰਲ ਗਿਆ, ਮੈਂ ਕਸੀਦਾ ਕੋਈ ਹੋਰ ਪੜ੍ਹਨੀ, ਲੇਕਿਨ ਭਾਈ ਫਰਮਾਇਸ਼ ਹੀ ਬੜੀ ਔਖੀ ਜਿਹੀ ਕੀਤੀ ਹੈ। ਗਿੱਲ ਸਾਹਿਬ ਇੱਕ ਹੁਕਮ ਕੀਤਾ, ਉਹ ਵੀ ਪੂਰਾ ਕਰਦੇ ਸਾਂ। ਸਰ ਉਠਾ, ਇਸ ਬਾਤ ਪਰ ਝਗੜਾ ਫਜ਼ੂਲ ਹੈ, ਵਾਰਸ ਫਿਦਕੀ ਵੋ ਹੈ ਜੋ ਬਿੰਤੇ ਰਸੂਲ ਹੈ। ਹਾਏ ਹਾਏ ਹਾਏ, ਹੱਥ ਹੋਵੇ ਤੇ ਬੀਬੀ ਵਾਸਤੇ ਚਾਇਆ ਕਰੋ ਭਾਈ, ਉਸ ਹੱਥ ਤੇ ਫਾਲਜ ਨਹੀਂ ਆਉਂਦਾ ਜਿਹੜਾ ਮੁਹੰਮਦ ਦੀ ਦੇ ਹੱਕ ਵਾਸਤੇ ਉੱਠੇ। ਇਸ ਬਾਤ ਪਰ ਤੇਰੀ ਜੁੱਤੀ ਨੂੰ ਵੀ ਸਲਾਮ ਹੈ, ਜਵਾਨੀ ਮਾਨੇ। ਇਸ ਬਾਤ ਪਰ ਜਿਹੜਾ ਫਜ਼ੂਲ ਹੈ, ਵਾਰਸ ਫਿਦਕੀ ਵੋ ਹੈ ਜੋ ਬਿੰਤ ਰਸੂਲ ਹੈ। ਵਤਨੇ ਆਲਿਆ ਅਲੀ ਜਨ ਵਲੀ ਉੱਲਾ ਦੀ ਕਸਮੇ, ਅਲੀ ਵਾਲਾ ਨਾ ਬੋਲਿਆ ਮੈਂ ਮਾਸ਼ਦ ਦੇ ਆੜੇ ਬੀਬੀ ਅੱਗੇ ਗਿਲਾ ਕਰੇ ਸਾਂ। ਚਾਚਾ ਜੀ ਬੰਦੇ ਸਾਡੇ ਇਤਰਾਜ਼ ਕਰਦੇ ਨੇ, ਉਹ ਵੇਖੋ ਸ਼ੀਆ ਜ਼ਾਕਰ ਮੌਲਵੀ ਪੜ੍ਹਦੇ ਨੇ ਜੋ ਬੀਬੀ ਫਿਦਕ ਲੈਣ ਗਈ, ਬੀਬੀ ਹੱਕ ਲੈਣ ਗਈ ਆਈ। ਇਸ ਮਿੰਬਰ ਤੇ ਖਲੋ ਕੇ ਐਲਾਨ ਕਰਕੇ ਪਈ ਆਖਣਾ ਕੈਮਰੇ ਦੇ ਸਾਹਮਣੇ, ਬੀਬੀ ਹੱਕ ਮੰਗਣ ਫਿਦਕ ਲੈਣ ਨਹੀਂ ਸਿਰਫ ਗਏ, ਇੱਕ ਨਤੀਜਾ ਦੇਖ ਗਏ ਕਿਹੜਾ। ਇਸ ਬਾਤ ਪਰ ਝਗੜਾ ਫਜ਼ੂਲ ਹੈ, ਵਾਰਸ ਫਿਦਕੀ ਵੋ ਹੈ ਜੋ ਬਿੰਤੇ ਰਸੂਲ ਹੈ। ਚਿਹਰਾ ਗਾ ਸਭ ਕਾ ਦੇਖਣਾ ਥਾ ਬਸ ਹਮੇ, ਵਰਨਾ ਫਿਦਕ ਤੋ ਬਤੂਲ ਕੇ ਕਦਮੋ ਕੀ ਧੂਲ ਹੈ। ਹਾਏ 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 ਹਾਏ, ਸਲਾਮ ਹੈ ਕਾਰੀ ਸਾਹਿਬ, ਜਿਹੜਾ ਬੀਬੀ ਦਾ ਮਕਰੂ ਦੇ ਹੱਥ ਚਾਵੇ ਹੈਦਰੀ ਬੜੀ ਜ਼ਿੰਦਗੀ ਦਰਾਜ਼ ਹੋ। ਸੁਬਾਨ ਅੱਲਾ ਤਾਰਕ ਭਾਈ, ਜ਼ਿੰਦਗੀਆਂ ਦਰਾਜ਼ ਹੋ ਨਹੀਂ, ਆਪ ਕੀ ਜ਼ਿੰਦਗੀ ਦਰਾਜ਼ ਹੋ। ਚਿਹਰਾ ਗਾ ਸਭ ਕਾ ਦੇਖਣਾ ਥਾ ਬਸ ਹਮੇ, ਵਰਨਾ ਫਿਦਕ ਤੋ ਬਤੂਲ ਕੇ ਕਦਮੋ ਕੀ, ਵਰਨਾ ਫਿਦਕ ਤੋ ਬਤੂਲ ਕੇ ਕਦਮੋ ਕੀ। ਚੱਲ ਇੱਕ ਨਾ ਬੜੀ ਔਖੀ ਜਿਹੀ ਤੇ ਬੜੀ ਸੋਹਣੀ ਜੀ ਰੁਬਾਈ ਹੈ, ਮੈਂ ਆਰਾਮ ਨਾਲ ਪੜ੍ਹ ਦੇਣਾ। ਕੁਰਾਨ ਕਹਿ ਰਿਹਾ ਹੈ ਕਿ ਬਾਤਲ ਹੈ ਸਾਰਾ ਦੀਨ। ਹੁਣ ਕਈ ਬੰਦੇ ਸੋਚਣ ਲੱਗ ਪਏ, ਚੰਗਾ ਭੋਲਾ ਪੜ੍ਹਦਾ ਪਿਆ ਸੀ ਤੇ ਵੇ ਪਟਰੀਓਂ ਲੈ ਗਏ, ਵੇ ਕਿੱਧਰ ਤੁਰ ਪਏ। ਐਸੇ ਗੱਲੋਂ ਨਾ ਜ਼ਾਕਰਾਂ ਦੀ ਸਮਝ ਨਹੀਂ ਆਉਂਦੀ, ਕਈ ਤੇ ਬਾਬਾ ਜੀ ਖੋ ਨਹੀਂ ਮਾਰ ਕੇ ਆਉਂਦੇ ਨੇ, ਸੁਣ ਲਾ ਮੈਂ ਤੇ ਇਹਨੂੰ ਅੱਗੇ ਨਹੀਂ ਸੁਣਦਾ। ਆਪਣਾ ਆਪਣਾ ਟੇਸਟ ਹੋ ਗਿਆ, ਆਪਣਾ ਆਪਣਾ ਮਿਜ਼ਾਜ ਹੋ ਗਿਆ, ਲੇਕਿਨ ਕਾਰੀ ਸਾਹਿਬ ਮਿੰਬਰ ਤੇ ਹੱਥ ਹੈ, ਇਹਨਾਂ ਚਾਚਿਆਂ ਬਾਬਿਆਂ ਕੋਲੋਂ ਅਗਲੀ ਸਦਰ ਦੇ ਦਾਦ ਨਾ ਆਵੇ ਤੇ ਮੈਂ ਪਾਕਾਂ ਕੋਲੋਂ ਪਿੰਨ ਕਿ ਨਹੀਂ ਆਇਆ, ਮੈਂ ਕਿਸੇ ਦਾਅਵੇ ਨਾਲ ਗੱਲ ਕੀਤੀ ਹੈ। ਕੁਰਾਨ ਕਹਿ ਰਿਹਾ ਹੈ ਕਿ ਬਾਤਲ ਹੈ ਸਾਰਾ ਦੀਨ, ਸਰਵਰ ਕੀ ਲਾਡਲੀ ਸੇ ਮੁਬੱਦਤ ਕੀ ਹੈ ਬਗੈਰ। ਹਾਏ ਹਾਏ ਹਾਏ, ਹੱਥ ਹੋਵੇ ਤਾਂ ਬੀਬੀ ਵਾਸਤੇ, ਇਹ ਗਵਾਹੀ ਵਾਸਤੇ ਚਾਇਆ ਕਰੋ ਯਾਰ। ਅੱਲਾਹ ਅਕਬਰ, ਸਲਾਮ ਹੈ ਭਾਈ, ਸੁਭਾਨ ਅੱਲਾ। ਕੁਰਾਨ ਕਹਿ ਰਿਹਾ ਹੈ ਕਿ ਬਾਤਲ ਹੈ, ਚਾਚਾ ਜੀ ਸਲਾਮ ਹੈ, ਸਰਵਰ ਕੀ ਲਾਡਲੀ ਸੇ ਮੁਬੱਦਤ ਕੀ ਹੈ ਬਗੈਰ। ਗੱਲ ਯਾਦ ਰੱਖਿਓ, ਇਹ ਜਿਹੜਾ ਤੁਸੀਂ ਹੱਥ ਚਾ ਕੇ ਦਾਅ ਦਿੰਦੇ ਹੋ ਨਾ, ਇੰਜੀ ਸਮਝਿਆ ਕਰੋ ਇਹ ਹੱਥ ਬੀਬੀ ਦੇ ਮੁਕੱਦਮੇ 'ਚ ਪੇ ਉੱਠਦੇ ਨੇ। ਇਹਨਾਂ ਹੱਥਾਂ ਤੇ ਇਮਾਮੇ ਜ਼ਮਾਨਾ ਦੀ ਮੋਹਰ ਲੱਗਦੀ ਹੈ, ਮਾਂ ਪਿਓ ਨੂੰ ਨਸੀਬ ਹੋਵੇ। ਇੱਕ ਚਾਚਾ ਜੀ ਮੈਂ ਜੁਮਲਾ ਆਖਾਂ, ਪੁੱਤਰ ਸਮਝ ਕੇ ਮਾਫ਼ ਕਰ ਦਿਓ ਤੇ ਬੰਦਾ ਲੱਭਿਓ ਜਿਹੜਾ ਇੰਜ ਇੰਜ ਕਰ ਜਾਵੇ। ਮੈਂ ਆਖਣਾ ਜਿਹੜਾ ਬੰਦਾ ਜਾਣ ਬੁੱਝ ਕੇ ਆਖਰੀ ਸਤਰ ਤੇ ਹੱਥ ਨਾ ਚਾ ਸਕਿਆ, ਸਲੇਮਾਨ ਉਹਦੀ ਰੂਹ ਮੌਜੂਦ ਹੀ ਕੋਈ ਨਹੀਂ, ਉਹਦਾ ਦੁਨੀਆਂ ਤੇ ਆਉਣ ਦਾ ਫਾਇਦਾ ਕੋਈ ਨਹੀਂ, ਜਿੱਦਾਂ ਹੱਥ ਹੋਵੇ ਤੇ ਹਸਨੈਨ ਦੀ ਅੰਮਾ ਦੀ ਗਵਾਹੀ ਨਾ ਦੇਵੇ। ਕੁਰਾਨ ਕਹਿ ਰਿਹਾ ਹੈ ਕਿ ਬਾਤਲ ਹੈ ਸਾਰਾ ਦੀਨ, ਸਰਵਰ ਕੀ ਲਾਡਲੀ ਸੇ ਮੁਬੱਦਤ ਕੀ ਹੈ ਬਗੈਰ। ਔਰ ਮੈਨੂੰ ਗਾਜ਼ੀ ਤੇ ਅਲਮ ਦੀ ਕਸਮ ਹੈ, ਪਾਣੀ ਕੀ ਇੱਕ ਬੂੰਦ ਵੀ ਪੀਣਾ ਹਰਾਮ ਹੈ, ਹਰ ਦੁਸ਼ਮਣ ਬਤੂਲ ਪੇ ਲਾਨਤ ਕੀ ਹੈ ਬਗੈਰ। ਹਾਏ ਹਾਏ ਹਾਏ, ਹੱਥ ਹੋਵੇ ਤੇ ਬੀਬੀ ਵਾਸਤੇ ਚਾਹੋ ਭਾਈ, ਜਿਹਦਾ ਹੱਥ ਬੀਬੀ ਦੇ ਦੁਸ਼ਮਣ ਦੇ ਲਾਨਤ ਕਰਦੇ, ਹੱਥ ਚਾ ਕੇ ਬੋਲੇ ਹੈਦਰੀ। ਅੱਲਾਹ ਅਕਬਰ, ਸੁਬਹਾਨ ਅੱਲਾ। ਥੋੜ੍ਹੇ ਦਿਨ ਭਾਈ, ਆਪ ਕੀ ਕਿਆ ਬਾਤ ਹੈ ਸਰ, ਬਹੁਤ ਮਿਹਰਬਾਨੀ, ਪਾਕ ਸੈਯਦਾ ਕਬੂਲ ਫਰਮਾਵੇ। ਪਰ ਪਾਣੀ ਕੀ ਇੱਕ ਬੂੰਦ ਵੀ ਪੀਣਾ ਹਰਾਮ ਹੈ, ਹਰ ਦੁਸ਼ਮਣ ਬਤੂਲ ਫੇ। ਮੈਂ ਸੱਚ ਆਖਿਆ ਜੀ ਬਾਬਾ ਮਾਧ ਸ਼ਾਹ ਜੀ, ਚਲੋ ਮੇਰੇ ਬਜ਼ੁਰਗ ਆ ਗਏ, ਜਿਹਨਾਂ ਲਾਨਤ ਨਹੀਂ ਪਾਈ, ਬੰਦੇ ਸਮਝਦੇ ਹੋਣ, ਲੈ ਵਹਿ ਮੈਂ ਲਾਨਤ ਪਾਵਾਂ। ਸਰ ਉਠਾ, ਮੈਂ ਦੋ ਲਾਨਾਂ ਦੀ ਕਿਤਾਬ ਪੜ੍ਹਨਾ ਔਰ ਦੇਖਣਾ ਤੇਰੀ ਲਾਨਤ ਦਾ ਕਿਆ ਮਿਆਰ ਹੈ। ਸਰ ਉਠਾ, ਵੋ ਕਿਤਨੇ ਬਦ ਨਸੀਬ ਹੈ, ਜਿਨ ਕੇ ਵਜੂਦ ਪਰ ਕਰਤੀ ਰਹੀ ਬਤੂਲ ਵੀ ਲਾਨਤ ਨਮਾਜ਼ ਮੇ। ਸਲਾਮ ਹੈ ਭਾਈ, ਯੇ ਆਪਕੀ ਮਾਰਫਤ ਹੈ, ਯੇ ਆਪਕਾ ਅਕੀਦਾ ਹੈ। ਬੀਬੀ ਪਾਕ ਆਪਕੋ ਸਲਾਮਤ ਰੱਖੇ, ਅੱਲਾ ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਵੇ। ਪਾਕ ਮੈਂਬਰ ਤੇ ਖਲੋਤਾ, ਪ੍ਰੋਗਰਾਮ ਕੋਈ ਹੋਰ ਆਈ, ਲੇਕਿਨ ਇੱਕ ਦੋ ਹੁਕਮ ਨੇ, ਉਹਨਾਂ ਦੀ ਵਜ੍ਹਾ ਤੋਂ ਭਾਈ ਨੇ ਵਾਸਤਾ ਦਿੱਤਾ ਹੈ, ਜਿਹੜਾ ਮੈਂ ਸ਼ਾਹਪੁਰ ਕਸੀਦਾ ਪੜਿਆ, ਅਜ਼ਮਤ ਏ ਸੈਯਦਾ ਤੇ, ਬੀਬੀ ਪਾਕ ਦੀ ਅਜ਼ਮਤ। ਭਾਈ ਜਾਨ, ਕਿਸੇ ਬੰਦੇ ਸਾਦਕ ਏ ਆਲੇ ਮੁਹੰਮਦ ਕੋਲੋਂ ਪੁੱਛਿਆ, ਸਲਵਾਤ ਬਾਬਾ ਦੇ ਬੋਲਣ ਤੋਂ, ਸਰ ਬੜੀ ਮਿਹਰਬਾਨੀ, ਥੋੜ੍ਹੀ ਜਿਹੀ ਹੋਰ ਆਵਾਜ਼ ਵਧਾਇਓ ਤਾਂ ਥੋੜ੍ਹੀ ਜਿਹੀ ਇੱਕੋ ਜੀ, ਮਿਹਰਬਾਨੀ, ਵੈਸੇ ਅੱਛਾ ਚੱਲ ਰਿਹਾ, ਮੌਲਾ ਤੁਹਾਡੀ ਡਿਊਟੀ ਕਬੂਲ ਫਰਮਾਵੇ। ਮੌਲਾ ਇਹ ਹੁਕਮ ਨੇ ਜੀ,
یہ لیلۃ القدر کیا ہے؟ او ضروری نہیں بندہ پیٹ دے مجمع ہوئے تو بندہ سر ہلاوے، سر اٹھا، مولا یہ لیلۃ القدر کیا ہے؟ سرکار فرمائے یہ میری دادی زہرا کا نام ہے. تیرے عقیدے نو سلام ہے بھائی، کونا دے پنڈ دا مجمع نہیں بولدا بھائی، سبحان اللہ. جی بڑی مہربانی ملک صاحب، یہ میری دادی زہرا کا نام ہے. عظمت سیدہ، بی بی پاک دی عظمت کیا ہے؟ بی بی پاک دی بلندی کیا ہے؟ ممبر تے ہاتھ ہے، بائیاں دے حکم دی وجہ تو پڑھدا پیا، ورنہ کوئی پروگرام ہو رہی. یہ مومن ہیں، انہاں دا حکم مننا ساڈے تے واجب ہے. عظمت سیدہ کون مخدومہ، پہلا جملہ سنیو بھائی. اے جڑے نوجوان بیٹھے ہو، تسی میرے دوست وی ہو، میرے بھائی وی ہو، اللہ آپ کی عزتوں میں اضافہ فرمائے. آپ نے میرا ساتھ دینا ہے، میں نے آپ کی مدد سے یہ قصیدہ پڑھنا ہے، بزرگوں کو دعا لینی ہے. زمانے اگلی سطر دی میں قیمت جاننا وا، اے ہاتھ بدی کھلوتا، کون مخدومہ بھائی جان دیکھنا میرے لے پاسے. زمانے میں جو ہے حجاب خدا، جڑا حجاب خدا تے بولیا دی نسل آباد ہوئے. میں تیرا ممنون ہو گیا، میں تیرا مقروض ہو گیا، ایتھے پتہ لگدا یا آل محمد دی معرفت. کون مخدومہ اگلی صدر تے ہاتھ چاویں. زمانے میں جو ہے حجاب خدا وہ ہے سیدہ فاطمہ. ہاتھ ہوئے تو بی بی واسطے سلام کریا کرو یار، سلام ہے چاچا جی نہ ہاتھاں نو سلام ہے، زندگیاں درازوں نہیں. زمانے میں جو ہے حجاب خدا وہ ہے سیدہ فاطمہ. سبحان اللہ، آج بابا جی زندگیاں دراز ہونی. زمانے میں جو ہے حجاب خدا وہ ہے سیدہ فاطمہ. محمد نے جس کے لیے کی دعا وہ ہے سیدہ فاطمہ. کیا کہنے، زندگیاں دراز ہونی. سلام بھائی، سارے ہاتھ جائیو. محمد نے جس کے لیے کی دعا، میں عظمت سیدہ پڑھ لگا، میرے بھائی حکم کیتا تے میں پڑھ لگا. بابا عرفان شاہ جی تسی سید ہو، کوئی تشریح نہیں، کوئی تزئین نہیں، ڈائریکٹ شعر پڑھ لگا. مخدومہ دی عظمت کیا ہے؟ بابا جی دعا کرے سو. طہارت کی ملکہ وفا کا یہ کعبہ، ختیجہ ہے مادر، محمد ہے بابا. سلام بھائی، تھوڑے ہاتھ زندہ باد، ہاتھ چاہو حیدری. اللہ اکبر، زندگیاں دراز ہونی. نہیں نہیں، جڑی اگلی سطر پڑھ لگا، اے پاک ممبر تک لو دا، میں امامیہ کلونی لاہور پڑھی، وطن آلیا غازی دی قسم، پتہ نہیں کتنی داد آئی. اگلی سطر سنیو تے اپنا وزن ویکھیو. طہارت کی ملکہ وفا کا یہ کعبہ، ختیجہ ہے مادر، محمد ہے بابا. ہے پانٹی، ہے پانٹی تھی مریم کو جس نے حیا، وہ ہے سیدہ فاطمہ. ہے بانٹی تھی مریم کو جس نے حیا، وہ ہے سیدہ فاطمہ. جن رات نو میں تو حکم کیتا، ایک واری میرا ویر ہے، ایک واری کھلوویں بی بی دے نال، ایک واری کھلوویں. بھائی کیمرے والے، اللہ تیری زندگی دراز فرماوے، تو بھی میری مدد کریں، ذرا ویڈیو بنائیں تے بندہ لبھی جڑا انج نے کر جاوے، تے تو میری مدد کرنی ہے، بندہ لبنا ہے کیا تاں کہ تو آکھے عظمت سیدہ کون مخدومہ. اس تو بعد بی بی پاک دی عظمت کیا پڑھا، میری اوقات ہی نہیں، میری حیثیت ہی نہیں، لیکن چاچا جی عظمت سیدہ پڑھ لگا کون مخدومہ. سنو فاطمہ اپنے بابا کی جا ہے، زمانے میں گیارہ اماموں کی ماں ہے. ہاتھ بی بی دا مکرو دے، انہوں بی بی دا واسطہ ہاتھ اٹھاؤ. حیدر حیدر ہیں بھائی، سارے ہاتھ اچھے حیدری. اللہ اکبر، یہ آپ کی معرفت ہے.
اللہ اکبر سبحان اللہ زندگی دراز ہونی جی جی آپ جی ہیں بھائی مولا آپ کو سلامت رکھے یارہ محرم انشاءاللہ زندگی دراز ہونی قاری صاحب اگلا شعر سنو کل بابا سلوی کلو چلو کچھ بندے رہ گئے ایک دو بندہ بچ گیا چاچا جی نے انجن کیتا ہے جی آکھو تے پتر تہاڈا شعر پڑھ دے وہ بھی انجن کرن ایتھے کھلو کے میں اللہ دی بارگاہ چ پیش ہو جانا اللہ تو مالک ہے تو خالق ہے اللہ کل شے نے قدیر ہے 14 دی عزت دا واسطہ اج میں وطن چایا جیڑا نہیں بولیا اج تو دس دے اس بی بی دی عظمت کیا ہے اللہ جوانی مانے میرا ساتھ دیویں مجمع اٹھ کے بولے دا تھوڑیے اللہ اس بی بی دی عظمت کیا ہے خالق اکبر دی آواز ہے کلب باس علوی جلا نبان آ دسا حسن حسین دی پاک اما دی عظمت کیا ہے بھائی کیمرے والا ذرا ویڈیو بنائی بندہ ویکھے جڑا اللہ دے اکھن تے نہ بولے خالق اکبر دی آواز ہے آ دسا حسن حسین دی پاک اما دی عظمت کیا ہے اللہ دی آواز ہے نہ ہوتا خدا میں خدائی نہ ہوتی اگر فاطمہ میں بنائی نہ سبحان اللہ زندگی دراز ہونی سبحان اللہ آپ زندہ باد غازی کے قسم زندہ باد سارے ہاتھ اچھے حیدری کیا کہنے وطن والے مول پاتا جی آپ کو سلام ہے سبحان اللہ پھر بڑا اللہ دی آواز کل بابا سلوی جھلا نہ بان نہ ہوتا خدا میں خدائی نہ ہوتی اگر فاطمہ میں بنائی نہ ہوتی عرش پہ عرش پہ کرے سایہ جس کی ردا وہ ہے سیدہ فاطمہ یہ آپ کا عقیدہ ہے یہ تھوڑی معرفت ہے عرش سا ایردا وہ ہے سیدہ فاطمہ شیر ہاتھ کھولن دے نال زیادہ تر ہاتھ بدی کھلو تا بی بی دا واسطہ جے شیر سمجھ ہاتھ چا دیں تاکہ سنت ادا جوے سر اٹھا کون مخدومہ اس بی بی دی عظمت کیا ہے مخدومہ دی شان کیا ہے پوری توجہ خدا اس پہ صلوات ہے روز پڑھتا سہرا کے دشمن پہ لعنت ہے کرتا جدا ہاتھ بی بی دے دشمن پہ لعنت کرتا ہے ان بی بی دے واسطے ہاتھ اٹھو حیدر بی بی پاک سلامت رکھے پاک سیدہ قبول فرماوے چلو جی انعام آیا ہے نا آکھے دوبارہ یہ پڑھو جی تھوڑی اجازت ہوئے تو یہ وڈا شیر نہ پڑھ دو میں پڑھنا کوئی نہیں سی عرفان شاہ جی انکل ارشاد جی پڑھنا کوئی نہیں سی لیکن انہیں سنیا ہی انجے میرا دل میں ایک شیر ہور پڑھ دوں ماشا دا دیاڑا ایک ٹولا بڑا ہی بولا جنت پاس ٹر پیا کی اجیا ٹولا ہاتھ چوٹیاں کچھا چ روٹیاں سرا ٹوپنیاں سوتنا چھوٹیاں نیتاں کھوٹیاں کئی بند جیڑا نہیں بولیا انہیں سننی ہے نشیا مینو اس گل کی نہیں سمجھ آتی جن اس حالت کا ٹولا وطنے رہ کے نہیں ویکیا انہیں مڑ ویکیا ہی نہیں تھوڑے سارے آ جاؤ چاچو جی بسم اللہ کراں جنت دے پاس ٹر پیا اللہ دی آواز آئی روکو روکو اللہ تیرے حاجیاں تیرے نمازیاں تیرے آکھن تے نمازاں پڑھتے رہے ہیں تے پانچ پانچ ٹائم تے اتنے بھی بڑیاں پڑیاں نے اے وے کوئی خالی نہیں زکاتاں پوریاں روزے پورے حج پورے علی جن ولی اللہ دی قسم علی والا نا بولے ہر مالک جنا یا امام زمانہ درکنی فی سبیل اللہ آیا ہی نہیں جڑا بندہ سر ہلا جاوے اللہ تیرے حاجیاں تیرے نمازیاں خالق اکبر دی آواز بکواس بند کرو میں سب جانتا حاجی نمازی محمد کی بیٹی نہیں تم پہ راضے ہائے 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 جیسے تو بی بی راضی ہے ہاتھ اچھے حیدری اللہ آپ کی زندگی دراز فرمائے مولا عرشان رنگ لاوے ایک حکم پورا آیا جی اگلا حکم جی
ਜੀ ਮੇਰਾ ਹੁਕਮ ਹੈ ਥੱਲੇ ਵੇਖੋ ਕਿਹੜਾ ਹੁਕਮ سارے حکم اس قصیدے چ پورے ہون گے میں لیٹ ہو گیا مولا دی قسم میں بڑا لیٹ ہو گیا تو مینوں آکھیا سی بزرگاں نے ادھا گھنٹہ پڑھنا انہاں ڈیڑھ گھنٹہ پڑھیا اس وجہ تو ہن نالے انہاں نوں کڑی ویکھن دی کیڑی لوڑ ہے کھلا پڑھنا چاہیے ہوں ساڈا تھوڑا جہا دعا کر دیا کرو غصے بھی نہیں ہونا چلو جی جے دا قصیدے دا حکم ہے ممبر دی قسم ہے بزرگ انگل صاحب مولا انہوں نے اس قصیدے دا صدقہ صحت تندرستی عطا فرماوے میرے بزرگ ان بھائی ان عرفان شاہ جی مولا انہوں نے بچوں کے نال آباد شاد رکھے مولا انہوں کے بزرگوں کے درجات بلند فرماوے اللہ بانیاں نے مجلس کے رزق سے اضافہ فرماوے وعدہ وفا ہو گیا ان شاء اللہ سلامت بھی مجلس پڑھ سا میرا بھائی ہے سلیمان رائے ونڈ 72 تبوت ان شاء اللہ 9 to 10 26 محرم 9 to 10 رات رائے ونڈ حاضری ہوئے گی سر اٹھاؤ سارے سنی جنہ نہیں سنی انہیں نیٹ سے سنی ہوئے گی میں کربلا گیا 3 مہینے پہلا اتنے بابا جی بینر حرمین چ کھلو کے نا ایک پاسے سرکار حسین دا روزہ ایک پاسے مولا عباس دا روزہ انج دونوں ہاتھ چا کے آخیا اللہ میری ایک حسرت ہے جے قدر کرو تو ایک جملہ آکھاں غیب چو آواز آئی ایتھے آ کے بھی کوئی حسرت ہے سلام ہے باب مادی شاہ جی بچیاں نال آباد رہو سبحان اللہ ایتھے آ کے بھی کوئی حسرت ہے میں کہ ہاں اللہ ایک حسرت ہے اچھا ایک گل میری یاد رکھیو حج دا دور ہے حج تے بھی جانا ہے لیکن کربلا ضرور جانا ہے مسومین دا فرمان ہے سکی روٹی مرچ نال کھا لے لیکن کربلا تے جا کیوں مولا فرمایا جنت دے رستیاں دا پتہ چل جاوے آئے ہائے بابا جی ایک جملہ آکھاں جے تہاڈا مجمع قدر کرے قرآن دی قسم میں پہلی دفعہ آکھن لگا قاری صاحب انہاں نوں آکھو قدر کہیے کعبے جائیے کعبے تے پچھلے گناہ معاف ہوندے نیں کربلا جائیے تے اگلے بھی معاف ہوندے نیں تیری زندگی دراز ہوئے ہاتھ کھول جوانی مانے انج نہیں بہنا آ میرے بھائی ہاتھ کھول کے پو انجی گل چاچو جی اتنے کھلو گے نا جی یہ تھوڑی مار فتح مولا دی قسم ہے نیٹ تے موجود ہے اج بھی یوٹیوب کھولو دعائے کربلا گل صاحب یہ حکم ہے ذاکر کلب عباس علوی لکھاں دی تعداد تے ویو ہوئی ہے قاری صاحب ہزاراں دی تعداد تے کمنٹ نے کلب بھائی ساڈے واسطے دعا ساڈے واسطے دعا جدا بڑے فون آئے نا مینوں اتھے اس ویلے بابا جی میں بینر حرمین چ کھلو کے نا ایک مشترکہ دعا منگی سانجی دعا منگی انج دوویں ہتھ چا کے آکھیا اللہ میری حسرت ہے انہاں دوواں سرداراں دا واسطہ آواز آئی آکھ کی آکھنا چاہنا حسین دا دارے منگ جلدی منگ کوئی شے خالی نہیں جائے گی جیڑا بندہ اپنے واسطے نہیں بول سکتا اسے میرے مسکین کی بولنا ہے جی اس تو وڈی دعا ہوئے تو کھلی چھٹی نہ بولی جی سب تو وڈی دعا ہوئے تو تیرے تے واجب نہیں اوجب بولی انج دوویں ہتھ چا کے آکھیا اللہ ایک حضرت ہے آنکھ کی آکھنا چاہنا ہے فرمایا دوواں سرداراں دا واسطہ میں تے اس جگہ تے آ گیا انہاں دی زواری کیتی ہے لیکن کل بلوی دی ایک حضرت ہے کیڑی دوویں ہتھ چا کے آکھیا اللہ سب نو ویکھا دے روزہ حسین ایک باری تے ہاتھ چانا جیڑا جیڑا جانا چاہتا ہے ایک باری تے چال ہے اس تو وڈی دعا نہیں تھوئی بھی جیڑا جیڑا جانا چاہتا ہے بولے لال کلندر اسی سال جائیں گے چاچا جی آپ بھی جائیں گے سب جائیں گے ہم جائیں گے یہ میرے بھائی جائیں گے دوست جائیں گے سب جائیں گے کربلا جائیں گے غازی کی قسم دل سے دعا مانگے جائیں گے سب جائیں گے اللہ سب تارک بھائی کیوں ہاتھ ویکھن دے مورا پیاں لگدیاں نہیں امام زمانہ کولو ٹکٹاں پیاں ملدیاں نے ہاتھ جا کے بولو حیدری تیرے وانگو ہے جتھے جلوہ حسین دا تیرے وانگو ہے جتھے جلوہ حسین چاچا جی آپ بھی جائیں دونوں بھائی جائیں فیملی کے ساتھ جائیں جلوہ حسین دا
پوچھو وطنے والےو کلب واسل وی کربلا دی دعا پیا منگنے کیا ویکھے مینوں غازی دے علم دی قسم ہے بابا جی اجا وی میں اکھاں بند کراں سارا منظر میریاں اکھاں دے سامنے آندا ہے جیڑا منظر میں ویکھیا تواڈے سامنے پیش کرنا چاہنا پوچھو کیسا منظر منظر کی اے ارشاں منظر کی اے حج دا جیڑا جانا چاہتا ہے پاک شبیر سب نو لگتا ساری دنیا اللہ دی ہی اللہ حسین دا کربلا جانا چاہتا ہے انہوں غازی دواسا ہاتھ اٹھاؤ لبیک یا حسین لبیک یا حسین بھائی بابا سے بلند کہو یار لبیک یا حسین لبیک یا حسین تھوڑی زندگی دراز ہوئے آپ زندہ باد ساری دنیا اللہ دی اللہ حسین آؤ میں تو دلیل دے ماں اگر میری گل تے یقین ہوئے پوچھ لے ابن مظاہر کو جاؤن تو جا کے پوچھ لے ابن مظاہر ہاتھ کھولو کیا کیا چھنا چھنا دی پھریا پلا حسین دا ہائے 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 سلام ہے بھائی جدے جدے ہاتھ حسین دا پلے ہاتھ اچے حیدری چھنا چھنا دی پھریا پلا حسین دا سلام ہے بھائی شیرو پڑھ لگا جہد کو اولاد کوئی نہیں جولی پھلاوے رزق کوئی نہیں جولی پھلاوے بخت کوئی نہیں جولی پھلاوے اے شیر دا صدقہ مولا دی قسم چاچا جی پتہ نہیں کتنی خیرات ملی اس پتر تواڈے نوں کربلا دے وچ اوتھے مور لگی اس شیر دے اوتے بابا عرفان شاہ جی میں اوتھے کھلو کے شیر پڑھیا بندے ساڈے دے اعتراض کر دین او ویکھو شیعہ سنی حسین کول پے منگ دین جوان بھائی میری مدد کیجئے گا او ویکھو اے بدعت پے کر دین او ویکھو شیعہ سنی حسین کول پے منگ دین بابا مادی شاہ جی میں گل کیتی او پیا دین حسین کول منگ دین اوے کھڑی بوتھی والیا تو حسین دی گل کرنا اے حاج تا سب دیا پوریا کر سین رباب دا لالے جدی پوری ہوندی ہے سر نہ ہلاوے غازی دا واسطہ جدی پوری ہوندی ہے ایک واری ہاتھ چاوے حیدری اللہ اکبر تھوڑی دن کدھر آ جاؤ بندے آتے ہیں حسین کولو منگ دین جولی پھلاؤ بھائی میں شیر پڑھ لگا حسین کولو منگ دین حسین تے بڑی دور دی گل ہے حاج تا سب دیا پوریا کرتا حسین رباب دا لالے میری مدد کیجیے گا فضائل کے حوالے سے غازی کا واسطہ دل صاحب یہ مار پھلے آج تصب دیا پوریا کردا سن رباب دا لالے اج وی جگتے شہزادے اج وی جگتے شہزادے کردا کرم کمال پتر ونڈدا اے ماواں کو اصغر حسین دا تھوڑا میار ہے اللہ اکبر سبحان اللہ سارے بھائی ہاتھ چا کے حیدری میں لکھ واری پڑھا اے تھوڑی معرفت ہے حج تا سب دیاں پوریا کردا سن رباب دا لالے اے معرفت ہے سب دیاں پوریا کردا سن رباب دا لالے حج تا سب
ਮਾਵਾਂ ਕੋ ਅਸਗਰ ਹੁਸੈਨ ਦਾ ਨਸੀਬ ਹੋਵੋ ਜੇ ਰੋ ਫਿਰੋ ਤੇ ਇੱਕ ਮੰਦਰ ਵਧਾ ਮੈਂ ਲੱਖ ਵਾਰੀ ਪੜਾ ਪੁੱਤਰ ਵੰਡਦਾਈ ਮਾਵਾਂ ਕੋ ਅਸਗਰ ਹੁਸੈਨ ਦਾ ਸਦਕੇ ਜਾਵਾਂ ਬਾਨੀ ਮਜਲਿਸ ਮੁਬਾਰਕ ਹੋਣੀ ਮੈਂ ਫਜ਼ਾਇਲ ਪਿਆ ਪੜਨਾ ਸਾਰੇ ਫਿਰ ਰੋਂਦੇ ਮੇਰਾ ਵੀਰ ਕੀ ਆਖਣਾ ਚਾਹੁੰਦੇ ਮੈਂ ਬਿਸਮਿਲ੍ਲਾ ਕਰ ਪੁੱਤਰ ਵੰਡਦਾਈ ਮਾਵਾਂ ਕੋ ਅਸਗਰ ਮੈਂ ਮਲੰਗ ਨਾ ਕਰ ਹਾਂ ਜਿੱਥਾ ਸਭ ਦੀਆਂ ਪੂਰੀਆਂ ਕਰਦਾ ਸੈਨ ਪੁੱਤਰ ਵੰਡਦਾਏ ਮਾਵਾਂ ਕੋ ਅਸਗਰ ਹੁਸੈਨ ਦਾ ਪੁੱਤਰ ਵੰਡਦਾਏ ਮਾਵਾਂ ਕੋ ਹੌਸਲੇ ਦੇ ਨਾਲ ਸੁਣਦਾ ਵੀ ਜੀ ਅੱਲਾ ਤੁਹਾਡਾ ਮਾਤਮ ਤੁਹਾਡਾ ਰੋਣਾ ਕਬੂਲ ਫਰਮਾ ਜੀ ਬਾਬਾ ਵਤਨੇ ਆਲਿਆ ਮੈਨੂੰ ਤੇਰੀ ਇੱਜ਼ਤ ਦੀ ਕਸਮ ਏ ਜਿਹੜਾ ਮਾਵਾਂ ਨੂੰ ਪੁੱਤਰ ਪਿਆ ਦੇਂਦਾ ਇੱਕ ਨਹੀਂ ਦੋ ਨਹੀਂ ਪੂਰੇ ਤਰੇ ਵਾਰੀ ਕੁਠਾਏ ਅੱਲਾ ਬੜਾ ਹੀ ਅਮੀਰ ਹੈ ਜਿਹੜੀ ਆਏ ਨਹੀਂ ਨਿਕਲੀ ਬੜਾ ਹੀ ਬਹਾਦਰ ਸ਼ਫੀਰ ਅਸਗਰ ਨੂੰ ਚਾ ਕੇ ਖੈਮੇ ਦੇ ਦਰ ਤੇ ਆਏ ਇਮਾਮ ਉੱਚੀ ਢਾ ਮਾਰ ਕੇ ਆਦਨ ਹਾਏ ਗਰੀਬੀ ਬੀਬੀ ਰੁਬਾਬ ਵੱਜ ਪਈ ਏ ਕਦਮਾਂ ਦੇ ਹੱਥ ਲਾ ਕੇ ਦੀ ਲੱਖ ਪੁੱਤਰ ਹੋਵਨ ਤੇਰੇ ਤੋਂ ਕੁਰਬਾਨ ਕਰਾਂ ਮੌਲਾ ਗੁਰਬਤ ਵੈਨ ਕਿਉਂ ਕਰਨਾ ਏ ਸੈਯਦਾ ਦੇ ਰੁਬਾਬ ਮੈਂ ਜੰਨਾ ਚਰੋਸਾ ਮੈਂ ਕਬਰ ਚਰੋਸਾ ਮੈਂ ਮਾਛ ਚਰੋਸਾ ਮੌਲਾ ਕਿਹੜਾ ਦਰਦ ਖਾ ਗਈ ਆਇਆ ਹੀ ਨਹੀਂ ਜਿਹੜਾ ਮਾਤਮ ਨਾ ਕਰੇ ਤੇ ਹਾਏ ਨਾ ਕਰੇ ਮੌਲਾ ਕਿਹੜਾ ਦਰਦ ਖਾ ਗਈ ਸੈਯਦਾ ਦੇ ਰੁਬਾਬ ਹੋਰ ਮਲੋਸ ਵੱਲ ਤੀਰ ਮਾਰਿਆ ਜਦਾਂ ਮੈਂ ਅਸਗਰ ਦਾ ਮੂੰਹ ਪਿਆ ਮੇਰੇ ਹੱਥਾਂ ਤੇ ਤੜਪ ਕੇ ਆ ਗਈ ਬਾਬਾ ਮਾਂ ਤੇ ਰਾਜ਼ੀ ਲਮਾਨ ਲਮਾਨ ਇੱਕ ਵਾਰੀ ਸੀਨੇ ਤੇ ਹੱਥ ਮਾਰ ਇੱਕ ਵਾਰੀ ਆਖਣਾ ਹਾਏ ਅਲੀ ਅਸਗਰ ਲਮਾਨ ਆ ਗਈ ਹੈ ਬੀਬੀ ਰੁਬਾਬ ਨੂੰ ਖਾਲੀ ਨਾ ਬਣਾਇਓ ਮੈਂ ਬਿਸਮਿਲ੍ਲਾ ਕਰਿਆ ਸੈਯਦਾ ਤੇ ਉਸ ਵੇਲੇ ਤੀਰ ਮਾਰਿਆ ਅਸਗਰ ਦਾ ਮੂੰਹ ਪਿਆ ਚੁੰਮਦਾ ਮੇਰੇ ਹੱਥਾਂ ਤੇ ਤੜਪ ਕੇ ਆਦੇ ਮਾਫ ਕਰੇ ਗਰਦਨ ਛੋਟੀ ਆ ਅੱਲਾ ਅਕਬਰ ਜ਼ਾਰਾ ਜਈਆਂ ਰਾਜ਼ੀ ਹੋਵਨ ਆਦਨ ਸ਼ੀਆ ਰੋਂਦਨ ਇੱਕ ਦੁਆ ਮੰਗ ਲਵਾਂ ਇੱਕ ਦੁਆ ਮੰਗ ਲਵਾਂ ਇਹਨਾਂ ਬਜ਼ੁਰਗਾਂ ਵਾਸਤੇ ਭਾਈਆਂ ਵਾਸਤੇ ਦੁਆ ਚੰਗੀ ਲੱਗੇ ਇਤਨੀ ਹਾਏ ਕਰੀ ਨਾਲ ਲੱਭਦਾ ਗਵਾਹ ਬਣ ਜਾਵੇ ਝੋਲੀ ਫਿਲਾਓ ਇੱਕ ਵਾਰੀ ਝੋਲੀ ਫਿਲਾਓ ਕਬੂਲੀਅਤ ਦਾ ਟਾਈਮ ਏ ਮੇਰੇ ਅੱਲਾ ਤੈਨੂੰ ਸ਼ਫੀਰ ਦੀਆਂ ਤੇਰਾਂ ਜ਼ਰਬਾਂ ਦਾ ਵਾਸਾ ਅੱਲਾ ਤੈਨੂੰ ਅਕਬਰ ਦੀ ਜਵਾਨੀ ਦਾ ਵਾਸਾ ਮੇਰੇ ਅੱਲਾ ਉਸ ਬੀਬੀ ਦਾ ਵਾਸਤਾ ਜਿਹੜੀ ਮਾਂ ਦੇ ਓਲੇ ਬਾਂਦੀ ਆ ਕੰਡ ਕਰ ਜਿਹੜਾ ਆਖੇ ਆਏ ਨਹੀਂ ਆਂਦੀ ਕੁਛ ਫਲ ਬਲ ਵੀ ਕਿਆ ਮੰਗਦਾ ਏ ਮੇਰੇ ਅੱਲਾ ਇਹ ਜਿਤਨੇ ਆਏ ਨ ਇਹਨਾਂ ਨੂੰ ਇਤਨਾ ਰਿਜ਼ਕ ਦੇ ਕੱਲੇ ਨਹੀਂ ਧੀਆਂ ਨਾਲ ਹੋਵਨ ਭੈ
ਭੈਣਾਂ ਨਾਲ ਹੋਵਨ ਮਾਵਾਂ ਨਾਲ ਹੋਵਨ ਇੱਕ ਵਾਰੀ ਉਹ ਜਾ ਵੇਖਣ ਜਿੱਥੇ ਅਸਗਰ ਨੂੰ ਤੀਰ ਲਗਾ ਲਮਾਨ ਇੱਕ ਵਾਰੀ ਸਾਡਾ ਮਾਤਮ ਜਿਹੜਾ ਜਾਣਾ ਚਾਹੁੰਦਾ ਹੈ ਅੱਲਾਹ ਅਕਬਰ ਉਹ ਜਵਾਨੀ ਮਾਨ ਮੈਂ ਬਿਸਮਿਲਾ ਕਰਾਂ ਅੱਲਮਾਨ ਅੱਲਮਾਨ ਮੈਂ ਲੱਖ ਵਾਰੀ ਫੜਾਂ ਜੇ ਸਾਡਾ ਮਾਤਮ ਕਰੋ ਬਾਬਾ ਮਾਦੀ ਸ਼ਾਹ ਜੀ ਮੈਂ ਵੈਨ ਕਰਾਂ ਆਦਨ ਸ਼ੀਆ ਰੋਂਦਨ ਕਿਉਂ ਰੋਂਦੇ ਆ ਅਸਗਰ ਦੇ ਨਾਜ਼ਕ ਗੱਲ ਸਾਲਮ ਤੀਰ ਚਲਾਇਆ ਮਾਤਮ ਤੇਰੇ ਮਦਦ ਚ ਜਾ ਦੇ ਮਾਤਮ ਤੇਰੇ ਮਦਦ ਚ ਜਾ ਦੇ ਅਸਗਰ ਦੇ ਨਾਜ਼ਕ ਗੱਲ ਮਲ ਮਾਰਾ ਇਹ ਦੱਸਾ ਪੁੱਤਰ ਹੁਸੈਨ ਦਾ ਮਾਤਮ ਯਾਰ ਤੁਹਾਡੇ ਮਦਦ ਛੱਡਿਆ ਦੇ ਲਮਾਨ ਕੁਰਲਾਉਣਾ ਜਿਵੇਂ ਜਨਾਜ਼ੇ ਚ ਕੁਰਲਾਈਦਾ ਕਰਬਲਾ ਲੈ ਜਾਵੇ ਮੇਰੇ ਅੱਲਾ ਇਹਨਾਂ ਸਾਰਿਆਂ ਨੂੰ ਕਰਬਲਾ ਵੀ ਖਾ ਜਿਹੜਾ ਕਿ ਬਾਬਾ ਜੀ ਤੁਸੀਂ ਜ਼ਵਾਰੀ ਕਰਕੇ ਆਏ ਮੈਨੂੰ ਪਤਾ ਨੌਕਰਾਂ ਤਈਦ ਕਰ ਛੋੜੇ ਗਿਆ ਅੱਲਾ ਤੁਹਾਨੂੰ ਲੈ ਜਾਵੇ ਬਾਬਾ ਜੀ ਅੱਜ ਵੀ ਕਰਬਲਾ ਜਾਈਏ ਇੰਜੇ ਹੀ ਲੱਗਦਾ ਏ ਜਿਵੇਂ ਅਸਗਰ ਪਾਣੀ ਪੀਆ ਮੰਗਦਾ ਏ ਆਦੇ ਲੋਗ ਬਾਬਾ ਗਰੀਬ ਲਮਾ ਤੇਰੀ ਨਸਲ ਆਬਾਦ ਹੋਵੇ ਉੱਚੀ ਹਾਏ ਕਰਨ ਵਾਲਾ ਉਸ ਉਸ ਆਵਾਜ਼ ਤੇ ਅਦਾਬ ਨਹੀਂ ਆਉਂਦਾ ਜਿਹੜੀ ਸ਼ਹੀਦਾਂ ਦੇ ਗਮ ਚ ਆਏ ਕਰੇ ਮੈਂ ਬਿਸਮਿਲਾ ਕਰਾਂ ਗਲ ਚ ਕੱਪੜਾ ਪਾ ਕੇ ਇੱਕ ਸਵਾਲ ਕਰ ਲੱਗਾ ਮੇਰੇ ਬਜ਼ੁਰਗੋ ਭਾਈਓ ਜ਼ਾਕਰੋ ਬਾਬਾ ਜੀ ਗਲ ਚ ਕੱਪੜਾ ਪਾ ਕੇ ਇੱਕ ਸਵਾਲ ਕਰ ਲੱਗਾ ਸਾਈ ਕੱਢ ਲਓ ਸਮਝ ਆ ਗਈ ਜ਼ਿੰਦਗੀ ਦਾ ਰੋਣਾ ਨਾ ਸਮਝੋ ਤੇ ਗੱਲ ਹੀ ਕੋਈ ਨਹੀਂ ਤੁਹਾਡੇ ਤੇ ਨਹੀਂ ਆਪਣੀਆਂ ਮਾਵਾਂ ਭੈਣਾਂ ਦੀਆਂ ਮੁਰਸ਼ਦਾਂ ਦੀਆਂ ਤੇ ਇੱਕ ਸਵਾਲ ਕਰਨ ਲੱਗਾ ਮੈਂ ਕਈ ਦਾ ਬਿਰਾਵਾਂ ਕਈ ਦਾ ਨੌਕਰਾਂ ਸ਼ਫੀਰ ਦਾ ਦਵਾਰਾ ਮੌਲਾ ਦਾ ਜ਼ਾਕਰਾਂ ਮੈਂ ਪੁੱਛਦਾ ਹਾਂ ਮਸਤੂਰਾ ਤੋਂ ਓ ਦੇ ਵਾਸਤਾ ਜ਼ਾਤ ਖੁਦਾ ਦਾ ਦੱਸੋ ਕਿਤਨਾ ਪਾਣੀ ਪੀ ਸਕਦਾ ਏ ਮਾਸੂਮ ਕੋਈ ਛੇ ਸਾਡਾ ਮਾਤਮ ਅਲੀ ਅਕਬਰ ਦਾ ਅੱਛਾ ਕੋਈ ਬੰਦਾ ਮੈਨੂੰ ਦੱਸੋ ਕਿਤਨਾ ਪਾਣੀ ਪੀ ਸਕਦਾ ਅੱਲਾ ਅਕਬਰ ਮੈਂ ਬਿਸਮਿਲਾ ਕਰਾਂ ਖਤਮ ਹੋ ਗਈ ਜੀ ਬਾਬਾ ਧੀਆਂ ਦੇ ਪੜਦੇ ਹੋ ਨੀ ਇੱਕ ਵੈਨ ਕਰ ਦੇਣਾ ਸਾਲ ਦੀ ਮੇਰੇ ਤੇ ਮੇਰੇ ਭਾਈਆਂ ਦੀ ਜਿਤਨੇ ਆਇਓ ਹੋ ਵਤਨੇ ਆ ਲਿਆ ਮਾਂ ਤੇ ਪਿਓ ਰਲ ਕੇ ਦਫਨਾਇਆ ਅੱਲਮ ਦੀ ਕਸਮੇ ਦਫਨਾਇਆ ਨਹੀਂ ਉਮਤ ਕੋਲੋ ਲੁਕਾਇਆ ਲਮਾਨ ਲਮਾਨ ਕੋਈ ਹੈ ਜਿਹੜਾ ਦੱਸੇ ਮੈਨੂੰ ਉਮਤ ਰਹਿਣ ਦਿੱਤਾ ਜਾਂ ਕੋਈ ਨਾ ਇੱਕ ਵਾਰੀ ਹੱਥ ਚਾ ਕੇ ਦੱਸੋ ਇੱਕ ਸਾਰੇ ਦੱਸੋ ਉਮਤ ਰਹਿਣ ਦਿੱਤਾ ਜਾਂ ਕੋਈ ਨਾ ਚਾਚਾ ਜੀ ਯਾਰਾ ਮੁਹਰਮ ਦਾ ਦਿਨ ਛੜਿਆ ਸ਼ਿਮਨ ਨੂੰ 71 ਸਰ ਮਿਲੇ ਬਗੈਰ ਤੁਹਾਡਾ 72ਵਾਂ ਦਾ ਸਾਰੇ ਜਿਸ 9 ਲੱਖ ਨੂੰ ਰਵਾਇਆ ਆਦੇ ਉਹਦਾ ਜਿਹੜਾ ਮਾਂ ਨੂੰ ਮਾਂ ਨਹੀਂ ਛੱਡ ਸਕਦਾ ਆਦੇ ਮੈਨੂੰ ਅਲੀ ਅਸਗਰ ਦਾ ਸਰ ਚਾਹੀਦਾ ਹੈ ਚਾਚਾ 1500 ਸਿਪਾਹੀਆਂ ਨੇ ਦਾ ਚਾਇਆ ਬੀਬੀ ਰੁਬਾਬ ਡੇਦੀ ਪਈ ਆਈ ਅੱਲਾ ਗਵਾਏ ਉੱਥੇ ਆਈਏ ਜਿੱਥੇ ਸਜਾਦ ਆਈ ਕਦਮਾਂ ਤੇ ਜਾਣ ਕੇ ਆਦੀਏ ਜਾਗ ਮੇਰੀ ਝੋਲੀ ਨੂੰ ਬਾਹ ਲੱਗ ਗਈ ਆ ਆਵਾਜ਼ ਹੁੰਦਾ ਮੇਰਾ ਕੁਸਨ ਦੇ ਬਾਦ ਵੱਟ ਪਿਆ ਕੁਸਦਾਈ ਉਹ ਮੈਨੂੰ ਤੁਹਾਡੀ ਇੱਜ਼ਤ ਦੀ ਕਸਮ ਹੈ ਇੱਕ ਜ਼ਾਲਮ ਇਹਦੀ ਜ਼ੋਰ ਨਾਲ ਨੇਜ਼ਾ ਮਾਰਿਆ ਆਦੇ ਫਾਚਾ ਉਹ ਮੇਰਾ ਨੇਜ਼ਾ ਭਾਰੀ ਹੋ ਗਿਆ ਹੈ ਬੰਦਾ ਹੋਵੇ ਸ਼ੀਆ ਮਾਤਮ ਨਾ ਕਰੇ ਹੋ ਨਹੀਂ ਸਕਦਾ ਆਦੇ ਜ਼ੋਰ ਲਾ ਸੈਯਦਾ ਦਾ ਇਸ ਜਵਾਨੀ ਦਾ ਜ਼ੋਰ ਲਾਇਆ ਹੈ ਮੈਨੂੰ ਬਾਜ਼ੀ ਦੀ ਕਸਮ ਹੈ ਕੱਲਾ ਨੇਜ਼ਾ ਨਹੀਂ ਅਸਗਰ ਨਾਲ
ਜਿਹੜਾ ਸ਼ਾਇਰਾ ਸਮਝ ਕੇ ਰਹੋ ਦੀ ਨਸਲ ਆਬਾਦ ਹੋਵੇ ਅਲਮਾਨ ਕੁਰਲਾ ਕਰੋਨਾ ਸੁਨਤ ਆਲਮ ਹਮ ਮੈਂ ਬਿਸਮਿਲਲਾ ਕਰਾ ਅਸਗਰ ਨਾਲ ਲੈ ਸ਼ਿਮਰ ਦੇ ਵੱਲਾ ਜਿਤਨਾ ਇਨਾਮ ਆਖੇ ਮੈਂ ਤੈਨੂੰ ਲੈ ਦੇ ਸਾਂ ਆਦਨ ਹੱਥ ਨਾ ਬਣ ਜਵਾਨੀ ਬਣੇ ਆਦਨ ਜਿਤਨਾ ਇਨਾਮ ਆਖੇ ਮੈਂ ਤੈਨੂੰ ਲੈ ਦੇ ਸਾਂ ਆਦਨ ਕਿੱਥੇ ਵਹਿਨਾ ਹੈ ਆਦਾ ਉੱਥੇ ਵਹਿਨਾ ਜਿੱਥੇ ਦੇ ਪਿਓ ਦੀ ਲਾਸ਼ ਆਦਾ ਜਿੱਥੇ ਅਕਬਰ ਦਾ ਬਾਬਾ ਸੁੱਤਾ ਪਿਆ ਮੈਂ ਸ਼ਬੀਰ ਦੇ ਕੋਲ ਜਾ ਕੇ ਇਹਦਾ ਸਰ ਜੁਦਾ ਕਰਨਾ ਹੈ ਬਾਬਾ ਜੀ ਸ਼ਬੀਰ ਦੀ ਲਾਸ਼ ਤੇ ਆ ਕੇ ਤਾਨਾ ਮਾਰ ਕੇ ਦੇ ਜਾਗੀ ਉਹ ਲੁਕਾਇਆ ਹਾ ਗਾਜ਼ੀ ਦਾ ਵਾਸਤਾ ਹੁਣ ਨਾ ਥੱਕੀ ਤੈਨੂੰ ਮਲ ਦਾ ਵਾਸਤਾ ਜਾਗੀ ਉਹ ਲੁਕਾਇਆ ਹਾ ਰੋਵਨ ਲੋ ਲਗਵਾਏ ਇਸ ਅਲੀ ਅਸਗਰ ਨੂੰ ਪਿਓ ਦੇ ਸੀਨੇ ਤੇ ਰੱਖਿਆ ਸੈਯਦਾਦਾ ਰਵਾਇਤ ਪੜ੍ਹ ਦੇਵਾਂ ਕਿ ਪੜ੍ਹਦਾ ਪਾਵਾਂ ਪੜ੍ਹ ਦੇਵਾਂ ਬਜ਼ੁਰਗ ਪੜ੍ਹ ਦੇਵਾਂ ਰਵਾਇਤ ਮੈਂ ਫਿਰ ਵੀ ਪੁੱਛਣਾ ਇੰਨਾ ਬਰਦਾਸ਼ਤ ਨਹੀਂ ਬਾਬਾ ਜੀ ਰਵਾਇਤ ਪੜ੍ਹਾਂ ਕਿ ਪੜ੍ਹਦਾ ਪਾਵਾਂ ਪੜ੍ਹ ਦੇਵਾਂ ਹੁਣ ਤੁਸੀਂ ਜਾਣੋ ਤੇ ਮੌਲਾ ਜਾਣੇ ਮੇਰੇ ਜੁਮਲੇ ਨਹੀਂ ਅੱਲਾ ਦਰਜਾਤ ਬੁਲੰਦ ਕਰੇ ਅਲਾਮਾ ਨਸੀਮ ਅਬਾਸ ਰਿਜ਼ਵੀ ਸਾਹਮਣੇ ਉਹ ਪੜ੍ਹਦੇ ਆਉਂਦੇ ਸਨ ਇੱਕ ਬਗੈਰ ਤਦ ਮੇਰੇ ਖੰਜਰ ਨਾਲ ਜੁਦਾ ਕਰ ਵੀ ਯਾਦ ਮੇਰੀ ਤਲਵਾਰ ਨਾਲ ਫਿਰ ਵੀ ਪੁੱਛਣਾ ਕੰਟਰੋਲ ਕਰਿਓ ਪੜ੍ਹ ਦੇਵਾਂ ਰਵਾਇਤ ਪੜ੍ਹ ਦੇਵਾਂ ਆਦਿਨ ਜ਼ਾਕਰ ਸਖਤ ਪੜ੍ਹਦੇ ਨੇ ਮੈਨੂੰ ਗਾਜ਼ੀ ਦੇ ਫਾਜ਼ੂਆਂ ਦੀ ਕਸਮ ਹੈ ਤੁਹਾਡੇ ਡਰ ਤੋਂ ਨਹੀਂ ਪੜ੍ਹਦੇ ਆ ਹੁਣ ਕੋਈ ਮਰਦਾ ਹੈ ਤੇ ਮਰ ਜਾਵੇ ਅਲਾਮਾ ਸਾਹਿਬ ਪੜ੍ਹਦੇ ਹੁੰਦੇ ਸਨ ਇੱਕ ਜ਼ਾਲਮਾ ਦੇ ਮੇਰੇ ਨੇਜ਼ੇ ਨਾਲ ਵੀ ਯਾਦ ਮੇਰੀ ਤਲਵਾਰ ਨਾਲ ਵੀ ਯਾਦ ਮੇਰੇ ਖੰਜਰ ਨਾਲ ਸ਼ਿਮਰ ਬਗੈਰਤ ਨੱਚੇ ਆਏ ਸਾਡਾ ਨਾ ਮੈਨੂੰ ਖੰਜਰ ਚਾਹੀਦਾ ਹੈ ਨਾ ਤਲਵਾਰ ਚਾਹੀਦੀ ਹੈ ਗੰਢ ਖੜ ਜਿਹੜਾ ਕਿ ਮਾਤਮ ਨਹੀਂ ਆਉਂਦਾ ਆਦਾ ਕਿਵੇਂ ਕਰਸੇ ਪਿਓ ਦੇ ਸੀਨੇ ਤੇ ਰੱਖਿਆ ਦਾ ਇਹਦੀ ਹੱਥ ਦੇ ਨਾ ਲਮਰੋੜ ਕੇ ਕਰ ਦੇਣਾ ਇਹਦੀ ਅਮੜੀ ਕੋ ਮਾ ਦੀ ਆਚਾ ਪਹਿਲਾ ਸੰਤ ਮਾਤਮ ਆਚਾ ਪਹਿਲਾ ਲੈ ਅੱਛੇ ਗਏ ਝੂਲਾ ਮੁਮਿਨੀਨ ਆਜ਼ਾਦ ਤਸੀਫ ਰੱਖੋ ਇਹ ਸਨ ਜਨਾਬ ਕਲਾ ਬਾਬਾ ਸੰਭੀ ਸਾਹਿਬ ਯਾਰਾ ਮੋਹਰਮ ਆਰਾਮ ਬਸਤੇ ਮੀਰਪੁਰ।